ਦਾ ਜਿਹੜਾ ਸ਼ੋਰੂਮ ਆ ਇਹ ਚੈੱਕ ਕਰਨਾ ਹੈ। ਇੱਥੇ ਬੰਬ ਹੈ। ਬੰਬ ਹੈ ਨਾ ਬੰਬ ਹੈ ਜੀ ਬਿਲਕੁਲ ਇਹੀ ਦੇਖਣਾ ਹੈ। ਅਸੀਂ ਇਸ ਏਰੀਏ ਦੇ ਹਰ ਪਿੰਡ ਦੇ ਵਿੱਚ ਜਾ ਕੇ ਆਏ ਆ। ਹਰ ਬੰਦਾ ਕਹਿ ਰਿਹਾ ਇੱਥੇ ਬੰਬ ਹੈ ਬੰਬ ਹੈ ਬੰਬ ਹੈ। ਸੋ ਅਸੀਂ ਇਹ ਸਾਰਾ ਚੈੱਕ ਕਰਨਾ ਜੀ। ਅਦਿਆਸੀਗਾ ਦਾ ਬਾਅਦ ਚ ਜੀ ਪਹਿਲਾਂ ਅਸੀਂ ਤੁਹਾਡਾ ਇਹ HR ਆਟੋ ਦਾ ਜਿਹੜਾ ਸ਼ੋਰੂਮ ਹੈ ਇਹ ਅਸੀਂ ਚੈੱਕ ਕਰਨਾ। ਮੋੜਾ ਵਾਲੀ ਗਏ ਆ ਉੱਥੇ ਬੰਬ, ਅਸੀਂ ਉੱਚੇ ਗਏ ਆ ਉੱਥੇ ਬੰਬ, ਅਸੀਂ ਮੱਲੂ ਪੋਤੇ ਗਏ ਆ ਉੱਥੇ ਬੰਬ। ਇੱਥੇ ਤਾਂ ਬੰਬ ਦਾ ਰੌਲਾ ਪਿਆ ਹੋਇਆ। ਬਿਲਕੁਲ ਸਰ ਬੰਬ ਹੈ। ਤੇ ਤੁਸੀਂ ਕਹਿੰਦੇ ਬੰਬ ਹੈ, ਦੱਸੋ ਬੰਬ ਹੈ। ਹੈ ਵੀ ਸਰ ਆਫਰਾਂ ਦਾ ਬੰਬ ਹੈ। ਕਾਹਦਾ? ਦੀਵਾਲੀ ਆਫਰਾਂ ਦਾ ਬੰਬ ਹੈ। ਉਹ ਦੀਵਾਲੀ ਆਫਰਾਂ ਦਾ ਬੰਬ ਹੈ। ਮਨਦੀਪ ਜੀ ਆਪਾਂ ਦਾ ਗੁੜੀਆ ਤੂੰ ਕੀ ਸਮਝੀ ਸੀ? ਆਫਰਾਂ ਦੇ ਨਾਲ ਨਾਲ ਹਰੇਕ ਕਸਟਮਰ ਨੂੰ ਗਿਫਟ ਦਿੱਤਾ ਜਾਏਗਾ। ਅੱਛਾ, ਪੁਰਾਣੇ ਤੁਸੀਂ ਸਾਨੂੰ ਦਿਓ, ਅਸੀਂ ਉਹਨੂੰ ਐਕਸਚੇਂਜ ਦੇ ਵਿੱਚ ਤੁਹਾਨੂੰ ਨਵਾਂ ਦੇਵਾਂਗੇ ਤੇ ਐਕਸਚੇਂਜ ਦੇ ਵਿੱਚ ਵੀ ਤੁਹਾਨੂੰ 5000 ਦਾ ਬੈਨੀਫਿਟ ਹੋਏਗਾ। ਗੁੱਡਾ ਤੁਸੀਂ ਕਮਾਲ ਹੈ ਤਾਂ। ਵਾਹ ਕਮਾਲ ਹੈ ਯਾਰ, ਬੜੀਆਂ ਤਾਰੀਫਾਂ ਜੋ। ਅਸਲੀ ਬੰਬ ਤਾਂ ਸਭ ਤੋਂ ਵੱਡਾ ਬੰਬ ਆ ਕਿ ਤੁਸੀਂ ਗੱਡੀ ਲੈ ਜਾਓ, ਪੈਸੇ ਲਵਾਂਗੇ 2023 ਦੇ ਵਿੱਚ, ਅਗਲੇ ਸਾਲ ਪੈਸੇ ਲਵਾਂਗੇ ਜੀ। ਸ਼ੇਅਰ ਤੇ ਲਾਈਕ ਕਰਦੇ ਆ ਉਹਨਾਂ ਦੇ ਲਈ ਵੀ ਵੱਡਾ ਬੰਬ ਲੈ ਕੇ ਆਏ ਆ ਜੀ। ਉਹਨਾਂ ਦੇ ਲਈ ਆਪਾਂ ਗਿਫਟ ਦੇਵਾਂਗੇ, ਉਹਨਾਂ ਨੂੰ ਆਪਾਂ ਆ ਗਿਫਟ ਦੇਵਾਂਗੇ ਜੀ। ਲਓ ਜੀ ਆ ਧਿਆਨ ਨਾਲ ਦੇਖੋ, ਜਿਹੜਾ ਇਸ ਵੀਡੀਓ ਨੂੰ ਇਸ ਵੇਲੇ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨਾਂ ਨੂੰ ਵੀ ਇਹ ਜਿਹੜਾ ਗਿਫਟ ਹੈ HR ਆਟੋ ਬੰਗਿਆਂ ਵਾਲਿਆਂ ਦੇ ਵੱਲੋਂ ਮਿਲੇਗਾ। ਅਸੀਂ ਤੁਹਾਡਾ ਇਹ HR ਆਟੋ ਦਾ ਜਿਹੜਾ ਸ਼ੋਰੂਮ ਆ ਇਹ ਚੈੱਕ ਕਰਨਾ ਹੈ। ਸਰ ਕਿਉਂ, ਕੀ ਹੋਇਆ? ਇੱਥੇ ਬੰਬ ਹੈ। ਸਰ ਬੰਬ ਹੈ। ਬੰਬ ਹੈ ਨਾ? ਸਰ ਬੰਬ ਹੈ ਜੀ। ਬਿਲਕੁਲ ਸਰ ਦੇਖਣਾ ਹੈ। ਅਸੀਂ ਇਸ ਏਰੀਏ ਦੇ ਹਰ ਪਿੰਡ ਦੇ ਵਿੱਚ ਜਾ ਕੇ ਆਏ ਆ। ਹਰ ਬੰਦਾ ਕਹਿ ਰਿਹਾ ਇੱਥੇ ਬੰਬ ਹੈ ਬੰਬ ਹੈ ਬੰਬ ਹੈ। ਸੋ ਅਸੀਂ ਇਹ ਸਾਰਾ ਚੈੱਕ ਕਰਨਾ ਜੀ। ਬੰਬ ਹੈ, ਤੁਸੀਂ ਸੁਣੋ। ਆ ਦੇਖੋ ਜੀ ਬੰਬ ਹੈ। ਬੰਬ ਹੈ ਸਰ, ਮੇਰੀ ਗੱਲ ਸੁਣੋ। ਸਤਿ ਸ਼੍ਰੀ ਅਕਾਲ ਦਾ ਬਾਅਦ ਚ ਜੀ ਪਹਿਲਾਂ ਅਸੀਂ ਤੁਹਾਡਾ ਇਹ HR ਆਟੋ ਦਾ ਜਿਹੜਾ ਸ਼ੋਰੂਮ ਹੈ ਇਹ ਅਸੀਂ ਚੈੱਕ ਕਰਨਾ। ਕਿਉਂ ਸਰ? ਉਹ ਇੱਥੇ ਅਸੀਂ ਮੋਰਾ ਵਾਲੀ ਗਏ ਆ ਉੱਥੇ ਬੰਬ, ਅਸੀਂ ਉੱਚੇ ਗਏ ਆ ਉੱਥੇ ਬੰਬ, ਅਸੀਂ ਮੱਲੂ ਪੋਤੇ ਗਏ ਆ ਉੱਥੇ ਬੰਬ। ਇੱਥੇ ਤਾਂ ਬੰਬ ਦਾ ਰੌਲਾ ਪਿਆ ਹੋਇਆ। ਬਿਲਕੁਲ ਸਰ ਬੰਬ ਹੈ। ਤੇ ਤੁਸੀਂ ਕਹਿੰਦੇ ਬੰਬ ਹੈ, ਦੱਸੋ ਬੰਬ ਹੈ ਸਰ। ਪਰ ਬੰਬ ਹੈ ਵੀ ਸਰ ਆਫਰਾਂ ਦਾ ਬੰਬ ਹੈ। ਕਾਹਦਾ? ਦੀਵਾਲੀ ਆਫਰਾਂ ਦਾ ਬੰਬ ਹੈ। ਉਹ ਦੀਵਾਲੀ ਆਫਰਾਂ ਦਾ ਬੰਬ ਹੈ। ਮਨਦੀਪ ਜੀ ਆਪਾਂ ਦਾ ਗੁੜੀਆ ਤੂੰ ਕੀ ਸਮਝੀ ਸੀ? ਮੈਨੂੰ ਲੱਗਾ ਤੁਸੀਂ ਇਨਵੈਸਟੀਗੇਸ਼ਨ ਟੀਮ ਤੋਂ ਆ। ਉਹ ਇਨਵੈਸਟੀਗੇਸ਼ਨ ਟੀਮ ਕੱਲੀ ਪੁਲਿਸ ਵਾਲਿਆਂ ਦੀ ਥੋੜਾ ਹੁੰਦੀ ਹੈ, ਉਹ ਪੱਤਰਕਾਰਾਂ ਦੀ ਵੀ ਹੁੰਦੀ ਹੈ। ਅਸੀਂ ਆਏ ਆ ਪੰਜਾਬ ਨੇਸ਼ਨ ਟੀਵੀ ਵਾਲਿਆਂ ਵੱਲੋਂ ਤੇ ਸਾਨੂੰ ਇਸ ਵੇਲੇ ਹਰੇਕ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਐਕਸਾਈਟਮੈਂਟ ਬਣੀ ਹੋਈ ਆ ਕਿ HR ਆਟੋ ਵਾਲਿਆਂ ਨੇ ਬੰਬ ਆਫਰ ਲਾਤੇ, HR ਆਟੋ ਵਾਲਿਆਂ ਨੇ ਬੰਬ ਆਫਰ ਲਾਤੇ। ਅਸੀਂ ਕਿਹਾ ਅਸੀਂ ਚੈੱਕ ਕਰਕੇ ਆਈਏ ਤੇ ਰੈਲਟੀ ਚੈੱਕ ਕਰਨਾ ਹੈ ਕਿ ਕਿਹੜੇ ਬੰਬ ਨੇ ਤੁਹਾਡੇ, ਕਿ ਬੰਬ ਹੈ ਵੀ ਆ ਕਿ ਬਸ ਵੈਸੇ ਹੀ ਫੋਕੇ ਬੰਬ ਨਾ ਨਾ ਹੁਣ ਦੀਵਾਲੀ ਵਾਲੇ ਕਿਹੜੇ ਆਫਰ ਆ ਤੇ ਕਿਹੜੇ ਬੰਬ ਹੈ ਵੀ ਸਾਨੂੰ ਹੁਣ ਦੱਸ ਦਿਓ। ਅੱਛਾ ਹੁਣ ਤੁਸੀਂ ਇਹ ਦੱਸੋ ਕਿ ਬੰਬ ਜਿਹੜੇ ਐਤਕੀ ਤੁਸੀਂ ਫੋੜਨੇ ਆ ਦੀਵਾਲੀ ਤੇ, ਜਿਹੜਾ ਲੋਕਾਂ ਦੇ ਵਿੱਚ ਇੰਨੀ ਐਕਸਾਈਟਮੈਂਟ ਪੈਦਾ ਹੋਈ ਹੈ, ਤਾਂ ਇਹਦੇ ਪਰਦੇ ਤੁਸੀਂ ਕਿੱਦਾਂ ਖੋਲੋਗੇ, ਕਿਹੜੀਆਂ ਫੁੱਲਝੜੀਆਂ ਚਲਾਓਗੇ, ਕਿਹੜੇ ਬੰਬ ਫੋੜੋਗੇ, ਇਹ ਤੁਸੀਂ ਸਾਨੂੰ ਦੱਸੋ ਸਾਡੇ ਚੈਨਲ ਦੇ ਜ਼ਰੀਏ। ਅੱਛਾ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਪੱਤਰਕਾਰਾਂ ਦੀ ਟੀਮ ਆਈ ਹੈ ਨਾ, ਹੁਣ ਤੁਹਾਡੇ ਕੋਲੋਂ ਇੱਕ ਇੱਕ ਆਫਰ ਦਾ ਹਿਸਾਬ ਲਵਾਂਗੇ, ਇੱਕ ਇੱਕ ਆਫਰ ਦਾ, ਕਿ HR ਆਟੋ ਜਿਹੜੇ ਆ ਬੰਗਿਆਂ ਵਾਲੇ ਹਰੇਕ ਸਾਲ ਇੱਦਾਂ ਦੇ ਆਫਰ ਕੱਢ ਕਿੱਦਾਂ ਦਿੰਦੇ ਆ, ਅਤੇ ਐਤਕੀ ਜਿਹੜੇ ਬੰਬ ਫੋੜੇ ਆ ਸਾਨੂੰ ਦੱਸੋ ਕਿਹੜਾ ਕਿਹੜਾ ਆਫਰ ਆ, ਅਤੇ ਰਤੂ ਜੀ ਪੁੱਛੋ ਸਵਾਲ। ਹਾਂਜੀ, ਕਿਹੜੇ ਕਿਹੜੇ ਬੰਬ ਦੇ ਕੀ ਆਫਰਾਂ, ਕੀ ਦੀਵਾਲੀ ਦੇ ਆਫਰਾਂ ਅੱਜ ਫਿਰ ਦਿਖਾ ਦਿਓ ਸਾਡੇ। ਸਰ ਪਹਿਲਾ ਬੰਬ ਤਾਂ 10000 ਦਾ ਆਫਰ ਇਸ ਬਾਈਕ ਤੇ, 10000 ਦਾ ਆਫਰ, ਉਹ ਵੀ ਲਿਖ ਕੇ ਲਾਇਆ ਹੋਇਆ ਜੀ, ਲਿਖ ਕੇ। ਓ ਵੈਰੀ ਗੁੱਡ, 10000। ਸਰ ਆਓ ਤੁਹਾਨੂੰ ਮੈਂ ਹੋਰ ਦਿਖਾਉਣੀ ਆ। ਸਰ ਲਓ ਦਿਖਾਓ ਜੀ, ਖਲੋ ਦਿਖਾਓ। ਸਰ ਆ ਦੇਖੋ ਲਿਖ ਕੇ ਲਾਇਆ ਹੋਇਆ 5000 ਆਫਰ, 5000। ਸਰ ਆ ਜਾਓ, ਤੁਹਾਨੂੰ ਮੈਂ ਹੋਰ ਦਿਖਾਉਣੀ ਆ। ਸਰ ਸਾਰੀਆਂ ਉੱਤੇ 3000 ਦਾ ਆਫਰ, 3000 ਦਾ ਆਫਰ। ਸਕੂਟੀ ਉੱਤੇ 3000, ਸਾਰੀਆਂ ਸਕੂਟੀਆਂ ਤੇ 3000 ਦਾ ਆਫਰ ਹੈ।
ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ 3000 ਰੁਪਇਆ ਗਾਹਕ ਨੂੰ ਫਾਇਦਾ ਹੋਏਗਾ ਜੇ ਉਹ ਹੀਰੋ ਦਾ ਸਕੂਟਰ HR ਆਟੋ ਬੰਗਿਆਂ ਤੋਂ ਲੈ ਕੇ ਜਾਂਦੇ ਨੇ ਜੀ ਬਿਲਕੁਲ ਬਿਲਕੁਲ ਫਾਇਦਾ ਹੋਏਗਾ ਜੀ ਹਰੇਕ ਕਸਟਮਰ ਨੂੰ ਫਾਇਦਾ ਹੋਏਗਾ ਆਫਰਾਂ ਦੇ ਨਾਲ ਨਾਲ ਹਰੇਕ ਕਸਟਮਰ ਨੂੰ ਗਿਫਟ ਦਿੱਤਾ ਜਾਏਗਾ ਅੱਛਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਸਰ ਜਿਨ੍ਹਾਂ ਦੇ ਘਰ ਪੁਰਾਣੇ ਮੋਟਰਸਾਈਕਲ ਸਕੂਟਰ ਖੜੇ ਆ ਫਿਰ ਉਹ ਕੀ ਕਰਨਗੇ ਉਹਨਾਂ ਦਾ ਪੁਰਾਣੇ ਤੁਸੀਂ ਸਾਨੂੰ ਦਿਓ ਅਸੀਂ ਉਹਨੂੰ ਐਕਸਚੇਂਜ ਦੇ ਵਿੱਚ ਤੁਹਾਨੂੰ ਨਵਾਂ ਦੇਵਾਂਗੇ ਤੇ ਐਕਸਚੇਂਜ ਦੇ ਵਿੱਚ ਵੀ ਤੁਹਾਨੂੰ 5000 ਦਾ ਬੈਨੀਫਿਟ ਹੋਏਗਾ ਬੁੱਢਾ ਤੁਸੀਂ ਕਮਾਲ ਹੈ ਤਾਂ ਬਹੁਤ ਕਮਾਲ ਹੈ ਯਾਰ ਬੜੀਆਂ ਤਰੀਫਾਂ ਜੋ ਉਸ ਬੰਬ ਦੀਆਂ ਸੁਣੀਆਂ ਸੀ ਬਾਕੇ ਬੰਬ ਤੁਹਾਡੇ ਕੋਲ ਨਿਕਲਿਆ ਤਾਂ ਵੱਡੇ ਬਲਾਸਟ ਆ ਇਸ ਤੋਂ ਇਲਾਵਾ ਇੰਸ਼ੋਰੈਂਸ ਤੇ ਵੀ ਆ ਜਾਂਦੀ ਲੋਕ ਕਹਿੰਦੇ ਯਾਰ ਜਾਣਾ ਗੱਡੀ ਦਾ ਇੰਸ਼ੋਰੈਂਸ ਵੀ ਕਰਵਾਉਣਾ RCU ਬਣਾਉਣੀ ਆ ਉਹਦੀ ਫੈਸਿਲਿਟੀ ਸਾਰਾ ਕੁਝ ਬਿਲਕੁਲ ਜੀ ਇੰਸ਼ੋਰੈਂਸ ਵੀ ਤੁਹਾਨੂੰ 5 ਸਾਲ ਦੇ ਲਈ ਮਿਲੇਗੀ 5 ਸਾਲ ਦੇ ਲਈ ਇੰਸ਼ੋਰੈਂਸ ਬਾਈਕ ਦੀ ਵਾਰੰਟੀ 5 ਸਾਲ ਦੀ ਮਿਲੇਗੀ ਜਿਹੜਾ ਮਰਜ਼ੀ 2 ਵੀਲਰ ਲੈ ਲਓ ਜੀ ਹੀਰੋ ਦੇ ਬਾਈਕ ਦੀ 5 ਸਾਲ ਦੀ ਵਾਰੰਟੀ ਮਿਲੇਗੀ ਤੇ ਹੋਰ ਇਸ ਤੋਂ ਇਲਾਵਾ ਇੰਸ਼ੋਰੈਂਸ ਹੋ ਗਈ ਬਹੁਤ ਸਾਰੇ ਲੋਕ ਆਉਂਦੇ ਜੀ ਇੰਸ਼ੋਰੈਂਸ ਤਾਂ ਹੋ ਗਈ ਸਾਡੀ ਕਈ ਵਾਰ ਇਹ ਜੀ ਤੁਹਾਡੀ ਥਰਡ ਪਾਰਟੀ ਆ ਫਸਟ ਪਾਰਟੀ ਆ ਉਹ ਬੰਦੇ ਬਹੁਤ ਕਈ ਵਾਰੀ ਖਰਾਬ ਹੁੰਦੇ ਆ ਉਹਨਾਂ ਲਈ ਵੀ ਕੋਈ ਹੱਲ ਰੱਖਿਆ ਵੀ ਜਿਹੜੇ ਬਾਅਦ ਸੈਕਿੰਡ ਥਰਡ ਤੋਂ ਕਰ ਦਿੰਦੇ ਆ ਬਾਅਦ ਚ ਆਉਂਦੇ ਉਹਨਾਂ ਦੀ ਰਿਕਵਰੀ ਲਈ ਹੈ ਕੁਛ ਤੁਹਾਡਾ ਮਸਲਾ ਤੁਹਾਡੀ ਜਿਹੜੀ ਪਹਿਲੇ ਸਾਲ ਦੀ ਇੰਸ਼ੋਰੈਂਸ ਫੁੱਲ ਆ ਉਹਦੇ ਵਿੱਚ ਤਾਂ ਡਰਨੇ ਦੀ ਲੋੜ ਹੀ ਨਹੀਂ ਕੋਈ ਹੈਗੀ ਕੋਈ ਬਾਈਕ ਨੂੰ ਸਕ੍ਰੈਚ ਵੀ ਪੈ ਜਾਂਦਾ ਤੁਸੀਂ ਬਾਈਕ ਏਜੰਸੀ ਤੱਕ ਲੈ ਕੇ ਆਣਾ ਜੀ ਸਿਰਫ ਬਾਕੀ ਸਾਡਾ ਕੰਮ ਜੀ ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਲੋਕਾਂ ਨੂੰ ਤਾਂ ਵਿਆਜ ਹੀ ਇੰਨਾ ਪੈ ਜਾਂਦਾ ਕਿ ਗੱਡੀ ਉਹਨਾਂ ਨੂੰ ਤੰਗ ਕਰਨ ਲੱਗ ਪੈਂਦੀ ਹੈ ਫਿਰ HR ਆਟੋ ਵਾਲਿਆਂ ਦੇ ਕੋਲ ਕੋਈ ਇਦਾਂ ਦੀ ਸਕੀਮ ਹੈਗੀ ਹੈ ਕਿ ਉਹ ਵਿਆਜ ਤੋਂ ਵੀ ਬਚ ਜਾਣ ਸਰ ਇਸ ਵਾਰ ਤਾਂ ਤੁਹਾਨੂੰ 0% ਇੰਟਰਸਟ ਤੇ ਗੱਡੀ ਦੇਵਾਂਗੇ 0% ਇੰਟਰਸਟ ਤੇ ਲੋਨ ਕਰਕੇ ਦੇਵਾਂਗੇ ਜੀ ਮੈਂ ਥੋੜਾ ਜਿਹਾ ਇਹਨੂੰ ਚੰਗੀ ਤਰ੍ਹਾਂ ਮੈਂ ਸੁਣਨਾ ਚਾਹੁੰਦਾ 0% ਇੰਟਰਸਟ ਮਤਲਬ ਬਿਨਾਂ ਵਿਆਜ ਤੋਂ ਬਿਨਾਂ ਵਿਆਜ ਤੋਂ ਗੱਡੀ ਦੇਵਾਂਗੇ ਜੀ ਕਮਾਲ ਹੈ ਰਤੂ ਸਾਹਿਬ ਬਿਨਾਂ ਵਿਆਜ ਤੋਂ ਉਹ ਕਿਸ ਤਰ੍ਹਾਂ ਬੈਂਕ ਦੀਆਂ ਸਕੀਮਾਂ ਨੇ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵਿਆਜ ਦੇਣ ਦੀ ਲੋੜ ਹੀ ਨਹੀਂ ਹੈਗੀ ਜੀ ਕੋਈ ਸਿਰਫ ਤੁਸੀਂ ਆਪਣਾ ਇੱਕ ਆਧਾਰ ਕਾਰਡ ਲੈ ਕੇ ਆਣਾ ਹੈ ਤੇ ਗੱਡੀ ਕਰ ਲੈ ਜਾਣੀ ਆ ਜੀ ਕੀ ਬਾਤ ਹੈ ਫਿਰ ਤਾਂ ਲੋਕਾਂ ਨੂੰ ਵਾਕਿਆ ਤੁਹਾਡਾ ਜਿਹੜਾ ਇਸ ਵੇਲੇ ਆ ਫਟਣੇ ਆ ਹਾਂ ਜਿਹੜੀ ਆਸ-ਪਾਸ ਇਸ ਵੇਲੇ ਲੋਕਾਂ ਦੇ ਰੌਲਾ ਕਾਲ ਜੀ ਦਾ ਬੰਬ ਤੁਹਾਡੇ ਸਹੀ ਆ ਸਹੀ ਫਟ ਰਹੇ ਆ ਸਹੀ ਫਟ ਰਹੇ ਸਹੀ ਇੱਕ ਅਸਲੀ ਬੰਬ ਤਾਂ ਆਪਣਾ ਰਹਿ ਗਿਆ ਉਹ ਕਿਹੜਾ ਹਰਿੰਦਰ ਜੀ ਕਿਹੜਾ ਲਗੋ ਲਿਆ ਇੱਕ ਅਸਲੀ ਬੰਬ ਤਾਂ ਸਭ ਤੋਂ ਵੱਡਾ ਬੰਬ ਆ ਕਿ ਤੁਸੀਂ ਗੱਡੀ ਲੈ ਜਾਓ ਪੈਸੇ ਲਵਾਂਗੇ 2023 ਦੇ ਵਿੱਚ ਅਗਲੇ ਸਾਲ ਪੈਸੇ ਲਵਾਂਗੇ ਜੀ ਓਹੋ ਗੱਡੀ ਆਉਣ ਲੈ ਜਾਓ ਪੇਮੈਂਟ 23 ਚ ਦਿਓ ਵਾਹ 2022 ਦੇ ਵਿੱਚ ਯਾਨੀ ਕਿ ਹੁਣ ਗੱਡੀ ਲੈ ਕੇ 2023 ਦੇ ਵਿੱਚ ਜੀ ਬਿਲਕੁਲ ਸਹੀ ਸੁਣਿਆ ਤੁਸੀਂ ਗੱਡੀ ਹੁਣ ਲੈ ਜਾਓ ਤੇ ਜਿਹੜਾ ਤੁਹਾਡਾ ਜੋ ਵੀ ਹੈਗਾ ਬੈਲੈਂਸ ਪੈਸੇ ਉਹ ਆਪਾਂ ਲਵਾਂਗੇ 2023 ਦੇ ਵਿੱਚ ਮਤਲਬ ਕਿਸ਼ਤ ਜਿਹੜੀ ਹੈ 2023 ਤੋਂ ਸ਼ੁਰੂ ਹੋਏਗੀ 2023 ਤੋਂ ਕਿਸ਼ਤ ਸ਼ੁਰੂ ਹੋਏਗੀ ਕੀ ਬਾਤ ਹੈ ਬਈ HR ਆਟੋ ਵਾਲਿਆਂ ਦਾ ਵਾਕਿਆ ਹੀ ਪੂਰੇ ਪੰਜਾਬ ਦੇ ਵਿੱਚ ਜੇ ਕੋਈ ਸਕੀਮਾਂ ਸੁਣਨੀਆਂ ਹੋਣ ਤਾਂ HR ਆਟੋ ਵਾਲਿਆਂ ਦੇ ਆ ਕੇ ਪਤਾ ਲੱਗਦਾ ਹੈ ਕਿ ਸਕੀਮਾਂ ਇਹਨੂੰ ਕਹਿੰਦੇ ਆ ਵਾਕਿਆ ਹੀ ਮੈਂ ਵੀ ਤੁਹਾਨੂੰ ਆਪਣੇ ਚੈਨਲ ਦੇ ਵੱਲੋਂ ਪੰਜਾਬ ਨੇਸ਼ਨ TV ਦੇ ਵੱਲੋਂ ਤੁਹਾਨੂੰ ਇਸ ਗੱਲ ਦੀ ਸ਼ੋਰਟੀ ਦਿੰਦਾ ਕਿਉਂਕਿ ਹਰੇਕ ਸਾਲ ਅਸੀਂ ਦੇਖਦੇ ਹਾਂ ਕਿ ਜੋ ਇਹ ਕਹਿੰਦੇ ਆ ਉਹ ਇਹ ਕਰਦੇ ਆ ਇਹ ਆਫਰ ਵੀ ਉਹੀ ਲੈ ਕੇ ਆਉਂਦੇ ਆ ਜਿਹੜੇ ਆਫਰਾਂ ਦੇ ਵਿੱਚ ਖਾਸ ਤੌਰ 'ਤੇ ਗ੍ਰਾਹਕਾਂ ਨੂੰ ਫਾਇਦਾ ਹੋਵੇ ਕਿਉਂਕਿ HR ਆਟੋ ਸਭ ਤੋਂ ਪਹਿਲਾਂ ਆਪਣੇ ਕਲਾਇੰਟ ਨੂੰ ਦੇਖਦਾ ਕਿਉਂਕਿ ਇੱਥੇ ਦਾ ਜਿਹੜਾ ਸਟਾਫ ਹੈ ਉਹ ਵੀ ਨੰਬਰ 1 ਹੈ ਜਿਹੜਾ ਇੱਥੇ ਦੀ ਸਰਵਿਸ ਹੈ ਉਹ ਵੀ ਨੰਬਰ 1 ਹੈ ਖਾਸ ਤੌਰ 'ਤੇ ਇਹਨਾਂ ਦੀ ਜਿਹੜੀ ਡੀਲਿੰਗ ਹੈ ਉਹ ਵੀ ਨੰਬਰ 1 ਹੈ ਤੀਜੇ ਚੌਥੇ ਨੰਬਰ 'ਤੇ ਇਹਨਾਂ ਦੀ ਜਿਹੜੀ ਡਿਲੀਵਰੀ ਹੈ ਉਹ ਵੀ ਨੰਬਰ 1 ਹੈ ਅਤੇ ਨੰਬਰ 1 ਦੇ ਨਾਲ ਹੀ ਤਦੇ ਤਾਂ HR ਜਿਹੜਾ ਆ ਪੂਰੇ ਇਲਾਕੇ ਦੇ ਵਿੱਚ ਨੰਬਰ 1 ਹੈ ਕਿਉਂਕਿ ਇਹੋ ਜਿਹੇ ਬੰਬ ਇਹੋ ਜਿਹੇ ਪਲਾਸਟ ਜਿਹੜੇ ਇਹਨਾਂ ਨੇ ਕੀਤੇ ਆ ਦਿਵਾਲੀ ਆਫਰਾਂ ਕੀਤੀਆਂ ਇਹ ਇੱਥੇ ਤੱਕ ਕਹਿ ਦਿੱਤਾ ਕਿ ਗੱਡੀ ਐਸਾ ਲਾਓ ਅਤੇ ਪੇਮੈਂਟ 23 ਵਿੱਚ ਦਿਓ ਕਦੇ ਨਹੀਂ ਸੁਣਿਆ ਆਪਣੀ ਇਸ ਤੱਕ ਦੇਖਿਆ ਵੀ ਇੱਥੇ ਤੱਕ ਜਿਹੜਾ ਬੰਦਾ 1 ਸਾਲ ਬਾਅਦ ਪੇਮੈਂਟ ਲਵੇ ਸੋ ਇਹ ਵੱਡੇ ਧਮਾਲ ਨੇ ਵੱਡੇ ਆਫਰ ਨੇ ਵੱਡੀਆਂ ਇਹਨਾਂ ਦੀਆਂ ਕਹਿ ਸਕਦੀਆਂ ਦਿਵਾਲੀ ਦੇ ਲੋਕਾਂ ਲਈ ਵੱਡਾ ਤੋਹਫਾ ਬੜਾ ਜਿਹੜਾ ਦਿਵਾਲੀ 'ਤੇ ਦਿੱਤਾ ਜਾ ਰਿਹਾ ਅੱਛਾ ਜੀ ਜਿਹੜੀ ਇਹ ਵੀਡੀਓ ਲੋਕ ਦੇਖ ਰਹੇ ਨੇ ਉਹਨਾਂ ਵਾਸਤੇ ਕੋਈ ਸੁਨੇਹਾ ਦੇ ਦਿਓ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਜਿਹੜੇ ਸ਼ੇਅਰ ਤੇ ਲਾਈਕ ਕਰਦੇ ਆ ਉਹਨਾਂ ਦੇ ਲਈ ਵੀ ਵੱਡਾ ਬੰਬ ਲੈ ਕੇ ਆਏ ਆ ਜੀ ਉਹ ਕਿਹੜਾ ਬੰਬ ਹੈ ਉਹਨਾਂ ਦੇ ਲਈ ਆਪਾਂ ਗਿਫਟ ਦੇਵਾਂਗੇ ਵਾਹ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਨੂੰ ਆਪਾਂ ਆਹ ਗਿਫਟ ਦੇਵਾਂਗੇ ਜੀ ਲਓ ਜੀ ਆ ਧਿਆਨ ਨਾਲ ਦੇਖੋ ਜਿਹੜਾ ਇਸ ਵੀਡੀਓ ਨੂੰ ਇਸ ਵੇਲੇ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨਾਂ ਨੂੰ ਵੀ ਇਹ ਜਿਹੜਾ ਗਿਫਟ ਹੈ HR ਆਟੋ ਬੰਗਿਆਂ ਵਾਲਿਆਂ ਦੇ ਵੱਲੋਂ ਮਿਲੇਗਾ ਅੱਛਾ ਆਪਣੀ ਏਜੰਸੀ ਦਾ ਜਿਹੜਾ ਐਡਰੈਸ ਦੱਸ ਦਿਓ ਕਿਉਂਕਿ ਕਈ ਵਾਰੀ ਦੂਰੋਂ ਵੀ ਲੋਕ ਆਉਂਦੇ ਆ ਏਜੰਸੀ ਦਾ ਐਡਰੈਸ HR ਆਟੋਜ਼ ਗੜਸ਼ੰਕਰ ਰੋਡ
ਬੰਗਾ, ਗੜ ਸ਼ੰਕਰ ਰੋਡ ਬੰਗਾ। ਕੰਟੈਕਟ ਨੰਬਰ ਵੀ ਦੱਸ ਦਿਓ। 88720601 88720601। दोस्तों महंगे पेट्रोल ने इस वेले सारे तंग किया पिया है, इस करके इस दिवाली के उत्ते फटाफट इन सारिया स्कीमों का इन सारे उपहारों का इन सारे ऑफर का फायदा लैन वास्ते फटाफट एच आर आटो गढ़शंकर रोड की एजेंसी के पहुँचो ताकि आप घर के नवा हीरो का स्कूटर लैके आईए और हीरो का नवा मोटरसाइकिल लैके आईए। सत श्री अकाल।